ਉਹਦਾ ਸਮਾਨ ਵੀ ਸੀ ਕਾਗਜ਼ ਪੱਤਰ, ਪਰ ਉਹਨੇ ਦੇਖਿਆ ਵੀ ਜਾਨ ਦੀ ਕੀਮਤ ਜਾਂਦੀ ਹੈ, ਬਾਕੀ ਸਮਾਨ ਤਾਂ ਫਿਰ ਬਣ ਜੂ, ਜਾਨ ਨਹੀਂ ਮੁੜਦੀ। ਉਹਨੇ ਛਾਲ ਮਾਰੀ ਤਾਂ ਬੱਚਾ ਪਾਣੀ ਤੋਂ ਬਾਹਰ ਕੱਢਤਾ। ਜਦੋਂ ਉਹਨੂੰ ਬਾਹਰ ਕੱਢਿਆ ਗਿਆ, ਉਹਦੀ ਮਾਤਾ ਆ ਗਈ, ਉਹਨੇ ਆਪਣਾ ਲਿਆਂਦਾ ਚੁੱਕਿਆ, ਉਹਨੇ ਆ ਚੱਕਿਆ ਤੇ ਲੈ ਗਿਆ ਆਪਣੇ ਰਾਹੇ ਪੈ ਗਈ। ਉਹ ਬੜਾ ਹੈਰਾਨ ਹੋਇਆ, ਉਹਨੇ ਕਿਹਾ ਸਿਆਣੇ ਬੰਦੇ ਨੇ ਗੱਲ ਪੁੱਛੀ ਭਾਈ, ਸਾਡੀ ਕੰਟਰੀ ਦੇ ਵਿੱਚ ਜੇ ਪੈਨਸਲ ਵੀ ਥੱਲੇ ਡੇਂਗੇ ਕੁਝ ਚੁੱਕ ਕੇ ਫੜਾ ਲਏ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਨਿਹੰਗ ਸਿੰਘ ਜੀ ਚਲੇ ਗਏ ਤੇ ਉਹ